पंत मान, जिंदाबाद केजरीवाल, जिंदाबाद। हाँ जी जसविंदर सिंह राजपुरा अकाली उत्तों। सर आज मंग पत्र दिया किस चीज़ नूं लेके की मंग? देखो जी आज असी मंग पत्र इसलिए दिता कि धन साहब श्री गुरु ग्रंथ साहब जी की बेअदबियां दे बाबत आम आदमी पार्टी बार बार हलफ लेंदी रही है, विधानसभा च रौला पाउंदी रही है, चोणां तों पहलां लोकां दे कोल वोटां मंगदी रही है कि असी गुरु ग्रंथ साहब जी की बेअदबियां दा इंसाफ देवांगे। पर अज की जिवें सानू कांग्रेस ने झूठे लारे लाए, धोखा दिता बेअदबियां दे संबंध दे विच, इंसाफ दे संबंध दे विच, उस तरीके दे नाल अज आम आदमी पार्टी कर रही है। इन्हां इह ते उन्हां तों वध कर रही है। इन्हां ने ते गुरु ग्रंथ साहिब दी बेअदबियां दा इंसाफ ते की देणा? एक इहो जिहे बंदे नूं पंजाब दा एजी अटारनी जनरल लातिया, जिहड़ा बंदा पहलां ही डेरा प्रेमियां नूं बचाउण दे लई बेअदबी दे केसां चों उन्हां दे हक दे विच केस लड़ रहा, समेत सैणी दा उह केस लड़ रहा वा, पंचकूला वाला जिहड़ा केस सीगा डेरा प्रेमियां दा दंगे करन दा ਉਹ ਉਹਦੇ ਵੱਲੋਂ ਲੜਿਆ ਜਾ ਰਿਹਾ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਕੇਸ ਪਹਿਲਾਂ ਤੋਂ ਲੜ ਰਿਹਾ, ਉਸ ਬੰਦੇ ਨੂੰ ਪੰਜਾਬ ਦਾ ਏਜੀ ਲਾ ਕੇ ਤੁਸੀਂ ਪੰਜਾਬ ਦੇ ਭਲੇ ਦੀ ਜਾਂ ਬੇਅਦਬੀਆਂ ਦੇ ਇਨਸਾਫ ਦੀ ਕਿੱਥੋਂ ਉਮੀਦ ਰੱਖ ਸਕਦੇ ਹੋ? ਅਸੀਂ ਉਹਨੂੰ ਤੁਰੰਤ ਆਮ ਆਦਮੀ ਪਾਰਟੀ ਸਰਕਾਰ ਤੋਂ ਬਦਲਣ ਦੀ ਮੰਗ ਕਰਦੇ ਹਾਂ। ਸਰ ਅਗਲੀ ਕਾਰਵਾਈ ਕੀ ਹੋਊਗੀ ਜੇ ਨਹੀਂ? ਅਗਲੀ ਕਾਰਵਾਈ ਦੇਖੋ, ਪੰਥ ਜਾਣਦਾ ਵਾ, ਇਨਸਾਫ ਅਸੀਂ ਲੈਣਾ ਜਾਣਦੇ ਹਾਂ। ਸਾਡੇ ਪਹਿਲਾਂ ਵੀ ਅਸੀਂ ਜਿੱਥੇ ਜਿੱਥੇ ਕੋਰਟਾਂ ਨੇ ਸਾਨੂੰ ਨਹੀਂ ਇਨਸਾਫ ਦਿਆ ਅਤੇ ਸਿੱਖਾਂ ਨੇ ਖੁਦ ਇਨਸਾਫ ਲਏ ਨੇ, ਜੇ ਕੋਰਟਾਂ ਨਹੀਂ ਦੇਣਗੀਆਂ ਤੇ ਸਿੱਖ ਦੁਬਾਰਾ ਵੀ ਇਨਸਾਫ ਲੈਣਾ ਜਾਣਦੇ ਨੇ ਤੇ ਉਹ ਲੈਣਗੇ। ਸਰ ਪਿਛਲੀ ਸਰਕਾਰਾਂ ਨੇ ਵਿੱਚ ਨੂੰ ਕੱਢ ਗਈ, ਅਸੀਂ ਹੁਣ ਫਿਰ ਇਹ ਦੁਬਾਰਾ ਸਰਕਾਰ ਰੱਖ ਰਹੀ ਹੈ, ਕੀ ਲੱਗਦਾ ਤੁਹਾਨੂੰ ਇਹਦੇ ਬਾਰੇ? ਸਰਕਾਰਾਂ ਦੇਖੋ ਜੀ, ਮੈਂ ਤਾਂ ਸਮਝਦਾ ਹੁਣ ਦੀ ਨਹੀਂ ਗੱਲ, 1947 ਦੀ ਕਰਾਂਗਾ, ਉੱਥੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਪੰਜਾਬ ਦੇ ਅੰਦਰ ਸਰਕਾਰਾਂ ਬਣੀਆਂ ਨੇ, ਭਾਵੇਂ ਉਹ ਅਕਾਲੀ ਦਲ ਦੀ ਹੈ, ਭਾਵੇਂ ਕਾਂਗਰਸ ਦੀ ਹੈ, ਭਾਵੇਂ ਆ ਇੱਕ ਨਵੀਂ ਆਈ ਹੈ ਟੋਪੀ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹ ਸਾਰਿਆਂ ਨੇ ਸਿੱਖਾਂ ਦੇ ਨਾਲ, ਪੰਜਾਬ ਦੇ ਨਾਲ ਧੋਖਾ ਕੀਤਾ, ਦਾਗਾ ਕੀਤਾ। ਪੰਜਾਬ ਦੇ ਭਾਵੇਂ ਪਾਣੀਆਂ ਦੀ ਗੱਲ ਕਹੋਵੇ, ਬੇਰੁਜ਼ਗਾਰੀ ਦੀ, ਹੁਣ ਪੰਜਾਬ ਦੇ ਅੰਦਰ ਲੱਖਾਂ ਨੌਜਵਾਨ ਬੇਰੁਜ਼ਗਾਰ ਹੈ, ਭਗਵੰਤ ਮਾਨ ਰਾਜਸਥਾਨ ਦੇ ਨੌਜਵਾਨ ਭਰਤੀ ਕਰਨ ਲੱਗਿਆ, ਸਾਡੇ ਨੌਜਵਾਨ ਕਿੱਥੇ ਗਏ ਬਈ? ਪੰਜਾਬ ਦਾ ਜਿਹੜਾ ਪਾਣੀ ਹੈ ਸਾਡੇ ਖੇਤਾਂ ਤੱਕ ਨਹੀਂ ਪਹੁੰਚ ਰਿਹਾ, ਨਹਿਰਾਂ ਨਹਿਰੀ ਪਾਣੀ ਹੈ। ਅਤੇ ਭਗਵੰਤ ਮਾਨ ਸਰਕਾਰ 200 ਕਰੋੜ ਤੋਂ ਵੱਧ ਦਾ ਜਿਹੜਾ ਬਜਟ ਹੈ ਹਰਿਆਣੇ ਨੂੰ, ਆਪਣਾ ਰਾਜਸਥਾਨ ਨੂੰ ਪਾਣੀ ਦੇਣ ਲਈ ਪਾਸ ਕਰ ਰਹੀ ਹੈ ਉੱਥੇ। ਸੋ ਇਹ ਸਾਰੇ ਜਿਹੜੇ ਫੈਸਲੇ ਨੇ, ਇਹ ਸਾਰੇ ਪੰਜਾਬ ਵਿਰੋਧੀ, ਸਿੱਖ ਵਿਰੋਧੀ ਫੈਸਲੇ ਨੇ।